ਤਾਂ ਕਿਉਂਕਿ ਮੇਰੇ ਮਾਤਾ ਜੀ ਇਸ ਪਿੰਡ ਦੇ ਸਰਪੰਚ ਨੇ ਅਸੀਂ ਇੱਕ ਮਤਾ ਪਾਇਆ ਹੈ ਕਿ ਨਸ਼ੇ ਦੇ ਵਿਰੁੱਧ ਕਿਉਂਕਿ ਪਿੰਡ ਦੇ ਵਿੱਚ ਕਾਫੀ ਟਾਈਮ ਤੋਂ ਕਾਫੀ ਪੁਲਿਸ ਅਫਸਰਾਂ ਨੂੰ ਇਸ ਬਾਰੇ ਸੂਚਿਤ ਕੀਤਾ ਗਿਆ ਸੀ ਪਰ ਅੱਜ ਤੱਕ ਕਿਸੇ ਵੀ ਅਫਸਰ ਨੇ ਇਸ ਦੇ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਕਿ ਪਿੰਡ ਦੇ ਵਿੱਚ ਕੋਈ ਵੀ ਤੰਬਾਕੂ ਬੀੜੀ ਸਿਗਰਟ ਬਿਲਕੁਲ ਨਹੀਂ ਵਿਕਣ ਦਿੱਤਾ ਜਾਵੇਗਾ ਸਾਰੀਆਂ ਦੁਕਾਨਾਂ ਵਾਲਿਆਂ ਨੂੰ ਇਸ ਗੱਲ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਜੇ ਕੋਈ ਵੀ ਇਸ ਪਹਿਲਕਦਮੀ ਕਰੂਗਾ ਤਾਂ ਅਸੀਂ ਉਸ ਨੂੰ ਬਖਸ਼ਾਂਗੇ ਨਹੀਂ ਅਤੇ ਪਿੰਡ ਦੇ ਵਿੱਚ ਕੋਈ ਵੀ ਸ਼ਰਾਬ ਦਾ ਠੇਕਾ ਨਹੀਂ ਹੋਣ ਦਿੱਤਾ ਜਾਵੇਗਾ ਸੂਬੇ ਅੰਦਰ ਜਿਵੇਂ ਜਿਵੇਂ ਨਸ਼ਾ ਹਾਵੀ ਹੁੰਦਾ ਜਾ ਰਿਹਾ ਹੈ ਉਵੇਂ ਉਵੇਂ ਲੋਕ ਵੀ ਜਾਗਰੂਕ ਹੋ ਰਹੇ ਹਨ ਅਤੇ ਲੋਕਾਂ ਵੱਲੋਂ ਅਲੱਗ ਅਲੱਗ ਤਰੀਕਿਆਂ ਰਾਹੀਂ ਨਸ਼ੇ ਦੀ ਰੋਕਥਾਮ ਲਈ ਪਹਿਲਕਦਮੀ ਕੀਤੀ ਜਾ ਰਹੀ ਹੈ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਜੀਰਾ ਹਲਕਾ ਦੇ ਪਿੰਡ ਮਨਸੂਰ ਦੇਵਾ ਤੋਂ ਜਿੱਥੋਂ ਦੀ ਪੰਚਾਇਤ ਨੇ ਇੱਕ ਮਤਾ ਪਾਸ ਕੀਤਾ ਹੈ ਕਿ ਪਿੰਡ ਵਿੱਚ ਕਿਸੇ ਵੀ ਤਰ੍ਹਾਂ ਦਾ ਨਸ਼ਾ ਉਹ ਵਿਕਣ ਨਹੀਂ ਦਿੱਤਾ ਜਾਵੇਗਾ ਜੀਰਾ ਦੇ ਪਿੰਡ ਮਨਸੂਰ ਦੇਵਾ ਦੀ ਪੰਚਾਇਤ ਨੇ ਇੱਕ ਮਤਾ ਪਾਸ ਕੀਤਾ ਹੈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੀ ਪੰਚਾਇਤ ਅਤੇ ਪਿੰਡ ਦੀ ਸਰਪੰਚ ਦੇ ਲੜਕੇ ਗਗਨਦੀਪ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਦੀ ਪੰਚਾਇਤ ਨੇ ਇਹ ਮਤਾ ਪਾਸ ਕੀਤਾ ਹੈ ਕਿ ਪਿੰਡ ਵਿੱਚ ਕੋਈ ਵੀ ਤੰਬਾਕੂ ਬੀੜੀ ਸਿਗਰਟ ਚਿੱਟਾ ਕਿਸੇ ਵੀ ਪ੍ਰਕਾਰ ਦਾ ਨਸ਼ਾ ਨਹੀਂ ਵਿਕਣ ਦਿੱਤਾ ਜਾਵੇਗਾ ਉਹਨਾਂ ਕਿਹਾ ਕਿ ਜੋ ਲੋਕ ਨਸ਼ਾ ਕਰਦੇ ਹਨ ਪੰਚਾਇਤ ਉਹਨਾਂ ਦਾ ਨਸ਼ਾ ਛਡਾਉਣ ਲਈ ਉਹਨਾਂ ਦਾ ਇਲਾਜ ਵੀ ਕਰਵਾਵੇਗੀ ਅਤੇ ਮਾਲੀ ਸਹਾਇਤਾ ਵੀ ਕਰੇਗੀ ਅਗਰ ਫਿਰ ਵੀ ਕੋਈ ਨਸ਼ਾ ਕਰੇਗਾ ਜਾਂ ਵੇਚੇਗਾ ਤਾਂ ਉਸ ਦਾ ਸੋਧਾ ਵੀ ਲੱਗੇਗਾ ਉਹਨਾਂ ਕਿਹਾ ਕਿ ਅਗਰ ਲੋਕ ਇਹ ਪਹਿਲਕਦਮੀ ਕਰਨ ਤਾਂ ਹੀ ਪੰਜਾਬ ਨੂੰ ਨਸ਼ਾ ਮੁਕਤ ਕੀਤਾ ਜਾ ਸਕਦਾ ਹੈ ਜੇ ਨਿਊਜ਼ ਪੰਜਾਬੀ ਲਈ ਜੀਰਾ ਤੋਂ ਸਤੀਸ਼ ਵਿਜ ਦੀ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆਪ ਸਾਰੀਆਂ ਸੰਗਤਾਂ ਨਗਰ ਮਨਸੂਰ ਦੇਵੇ ਦੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਜੋ ਵਾਰਸ ਪੰਜਾਬ ਦੇ ਜਥੇਬੰਦੇ ਵੱਲੋਂ ਜੋ ਆਪਣੇ ਪਿੰਡ ਜੱਲੂਖੇੜਾ ਵਿਖੇ ਪਹਿਲਾ ਮਤਾ ਪਾਇਆ ਗਿਆ ਨਸ਼ੇ ਦੇ ਖਿਲਾਫ ਉਸ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆਂ ਜੋ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਪਿਛਲੇ ਲੰਮੇ ਸਮੇਂ ਤੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਦਾ ਪ੍ਰਕਾਸ਼ ਦਿਹਾੜਾ ਇੱਕ ਮਹੀਨਾ ਲਗਾਤਾਰ ਸ੍ਰੀ ਅਖੰਡ ਪਾਠ ਸਾਹਿਬ ਚੱਲਦੇ ਹਨ ਸੋ ਇਸ ਕਰਕੇ ਗੁਰੂ ਸਾਹਿਬਾਂ ਦਾ ਇਸ ਤੰਬਾਕੂ ਦੇ ਵਿੱਚੋਂ ਘੋੜਾ ਨਹੀਂ ਲੰਘਿਆ ਅਤੇ ਸਾਨੂੰ ਇਹਨਾਂ ਸਰਕਾਰਾਂ ਨੇ ਮੂੰਹ 'ਚ ਪਾਉਣ 'ਤੇ ਖਾਣ 'ਤੇ ਮਜਬੂਰ ਕਰ ਦਿੱਤਾ ਇਸ ਕਰਕੇ ਭਾਈ ਇਹ ਜਥੇਬੰਦੀ ਵੱਲੋਂ ਪੰਚਾਇਤਾਂ ਵੱਲੋਂ ਕਮੇਟੀਆਂ ਵੱਲੋਂ ਬੇਨਤੀ ਹੈ ਕਿ ਜੇ ਕੋਈ ਨਸ਼ਾ ਛੱਡਣਾ ਚਾਹੁੰਦਾ ਹੋਵੇ ਉਸ ਦਾ ਅਸੀਂ ਇਲਾਜ ਵੀ ਕਰਾਵਾਂਗੇ ਸਹਾਇਤਾ ਵੀ ਕਰਾਂਗੇ ਅਤੇ ਜੇ ਸਾਨੂੰ ਫਿਰ ਵੀ ਪਤਾ ਲੱਗ ਗਿਆ ਵੀ ਇਲਾਜ ਕਰਾ ਕੇ ਵੀ ਨਸ਼ਾ ਕੀਤਾ ਅਤੇ ਫਿਰ ਉਹਦਾ ਸੋਧਾ ਵੀ ਲਾਵਾਂਗੇ ਅਤੇ ਦੁਕਾਨਾਂ ਵਾਲਿਆਂ ਨੂੰ ਬੇਨਤੀ ਹੈ ਭਾਈ ਪਹਿਲਾਂ ਤੁਹਾਨੂੰ ਪ੍ਰੇਮ ਨਾਲ ਕਿਹਾ ਹੈ ਜੇ ਨਾ ਮੰਨੇ ਤਾਂ ਫਿਰ ਤੁਹਾਨੂੰ ਦੂਜੀ ਤਰ੍ਹਾਂ ਵੀ ਮਨਾਉਣਾ ਆਉਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਮਨਸੂਰ ਦੇਵੇ ਦੀ ਸਮੁੱਚੀ ਸਾਧ ਸੰਗਤ ਇੱਥੇ ਖੜ੍ਹੀ ਹੈ ਮੈਂ ਪਿੰਡ ਦਾ ਸੇਵਾਦਾਰ ਹੋਣ ਦੇ ਨਾਂ 'ਤੇ ਅੱਜ ਕੱਲ੍ਹ ਅਸੀਂ ਇੱਕ ਮਤਾ ਪਾਇਆ ਕਿਉਂਕਿ ਮੇਰੇ ਮਾਤਾ ਜੀ ਇਸ ਪਿੰਡ ਦੇ ਸਰਪੰਚ ਨੇ ਅਸੀਂ ਇੱਕ ਮਤਾ ਪਾਇਆ ਹੈ ਕਿ ਨਸ਼ੇ ਦੇ ਵਿਰੁੱਧ ਕਿਉਂਕਿ ਪਿੰਡ ਦੇ ਵਿੱਚ ਕਾਫੀ ਟਾਈਮ ਤੋਂ ਕਾਫੀ ਪੁਲਿਸ ਅਫਸਰਾਂ ਨੂੰ ਇਸ ਬਾਰੇ ਸੂਚਿਤ ਕੀਤਾ ਗਿਆ ਸੀ ਪਰ ਅੱਜ ਤੱਕ ਕਿਸੇ ਵੀ ਅਫਸਰ ਨੇ ਇਸ ਦੇ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਕਿ ਨਸ਼ਾ ਵਿਕਦਾ ਪਿਆ ਹੈ ਅਸੀਂ ਕੱਲ੍ਹ ਇੱਕ ਪੰਚਾਇਤ ਵੱਲੋਂ ਅਤੇ ਸੰਗਤ ਦੇ ਸਹਿਯੋਗ ਨਾਲ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਸਹਿਯੋਗ ਨਾਲ ਅਸੀਂ ਇੱਕ ਮਤਾ ਪਾਇਆ ਕਿ ਪਿੰਡ ਦੇ ਵਿੱਚ ਕੋਈ ਵੀ ਤੰਬਾਕੂ ਬੀੜੀ ਸਿਗਰਟ ਬਿਲਕੁਲ ਨਹੀਂ ਵਿਕਣ ਦਿੱਤਾ ਜਾਵੇਗਾ ਸਾਰੀਆਂ ਦੁਕਾਨਾਂ ਵਾਲਿਆਂ ਨੂੰ ਇਸ ਗੱਲ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਜੇ ਕੋਈ ਵੀ ਇਸ ਪਹਿਲਕਦਮੀ ਕਰੂਗਾ ਤਾਂ ਅਸੀਂ ਉਸ ਨੂੰ ਬਖਸ਼ਾਂਗੇ ਨਹੀਂ ਅਤੇ ਪਿੰਡ ਦੇ ਵਿੱਚ ਕੋਈ ਵੀ ਸ਼ਰਾਬ ਦਾ ਠੇਕਾ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਨਾਲ ਦੀ ਨਾਲ ਹੀ ਅਸੀਂ ਇਹ ਸਾਰੇ ਪਿੰਡ ਤੋਂ ਹੱਥ ਬੰਨ੍ਹ ਕੇ ਜੋ ਸਾਰਾ ਪਿੰਡ ਖੜ੍ਹਾ ਹੈ ਤੁਸੀਂ ਕੈਮਰਾ ਘੁਮਾ ਕੇ ਦੇਖ ਸਕਦੇ ਹੋ ਅਸੀਂ ਬੇਨਤੀ ਕਰਦੇ ਹਾਂ ਕਿ ਸਾਰੇ ਜਾਣੇ ਰਲ ਮਿਲ ਕੇ ਸਾਡਾ ਸਹਿਯੋਗ ਦਿਓ ਤਕੜੇ ਹੋ ਕੇ ਜੋ ਪੰਜਾਬ ਦੇ ਵਿੱਚ ਇੱਕ ਨਸ਼ਿਆਂ ਦਾ ਦਰਿਆ ਛੇਵਾਂ ਦਰਿਆ ਵਗ ਰਿਹਾ ਹੈ ਚਿੱਟੇ ਦਾ ਸਮੈਕ ਦਾ ਪਿਛਲੇ ਦਿਨੀ ਤੁਸੀਂ ਟੀਕੇ ਲਾ ਕੇ ਬੱਚੇ ਮੁੰਡਿਆਂ ਦੀਆਂ ਮੁਫਤਾਂ ਹੋ ਰਹੀਆਂ ਹਨ ਅਤੇ ਉਸ ਦੇ ਵਿੱਚ ਅਸੀਂ ਇਹੀ ਬੇਨਤੀ ਕਰਦੇ ਹਾਂ ਕਿ ਪਿੰਡ ਦੀਆਂ ਸਾਂਝੀਆਂ ਥਾਵਾਂ ਸਕੂਲ ਸੱਥਾਂ ਗੁਰਦੁਆਰਾ ਸਾਹਿਬ ਅਤੇ ਕਿਤੇ ਹੋਰ ਕਿਤੇ ਵੀ ਧਾਰਮਿਕ ਜਗ੍ਹਾ ਉਹਦੇ ਵਿੱਚ ਕਿਸੇ ਨੂੰ ਵੀ ਉਸ ਥਾਂ 'ਤੇ ਬੈਠ ਕੇ ਨਸ਼ਾ ਨਹੀਂ ਕਰਨ ਦਿੱਤਾ ਜਾਵੇਗਾ ਅਤੇ ਜੇ ਉਹ ਕੋਈ ਵੀ ਕੰਮ ਕਰਦਾ ਹੈ ਗਲਤ ਤਾਂ ਉਸ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਇਸ ਕਰਕੇ ਅਸੀਂ ਇੱਕ ਨਾਲ ਦੀ ਨਾਲ ਇਹ ਵੀ ਬੇਨਤੀ ਕੀਤੀ ਹੈ ਸਾਰੇ ਨਗਰ ਨੂੰ ਕਿ ਆਪੋ ਆਪਣੇ ਜੋ ਪਰਿਵਾਰ ਸਾਡੇ ਨਗਰ ਦੇ ਵਿੱਚ ਬਹੁਤ ਪਰਿਵਾਰ ਨੇ ਜੋ ਕਨੇਡਾ ਅਮੈਰੀਕਾ ਇੰਗਲੈਂਡ ਦੀ ਧਰਤੀ 'ਤੇ ਜਾ ਵਸੇ ਨੇ ਅਸੀਂ ਉਹਨਾਂ ਪਰਿਵਾਰਾਂ ਨੂੰ ਵੀ ਹੱਥ ਬੰਨ੍ਹ ਕੇ ਬੇਨਤੀ ਕੀਤੀ ਹੈ ਕਿ ਇੱਕ ਇੱਕ ਜੀ ਹਰੇਕ ਪਰਿਵਾਰ ਦਾ ਇੱਥੇ ਕੋਠੀਆਂ ਕੁਝ ਬੰਦ ਪਈਆਂ ਨੇ ਕਿ ਆਪਦੇ ਘਰਾਂ ਦੇ ਵਿੱਚ ਆਓ ਅਤੇ ਆਣ ਕੇ ਬੈਠੋ ਅਤੇ
ਅਤੇ ਗੁਰੂ ਸਾਹਿਬ ਦੇ ਜੋ ਦਿਨ ਤੁਹਾਨੂੰ ਚੱਲਦੇ ਪਏ ਸ਼ਹੀਦੀ ਜੋੜ ਮੇਲੇ ਚੱਲੇ, ਕੱਲ੍ਹ ਗੁਰੂ ਸਾਹਿਬ ਦਾ ਪ੍ਰਕਾਸ਼ ਦਿਹਾੜਾ ਸੀ, ਉਸ ਦੇ ਸੰਬੰਧ ਵਿੱਚ ਵੀ ਅੱਜ ਅਸੀਂ ਗੁਰਦੁਆਰਾ ਕਲਗੀਧਰ ਸਾਹਿਬ ਦੇ ਵਿੱਚ ਖੜ੍ਹੇ ਹਾਂ ਅਤੇ ਗੁਰੂ ਸਾਹਿਬ ਦਾ ਓਟ ਆਸਰਾ ਲੈ ਕੇ ਅਤੇ ਸਮੁੱਚੀ ਸੰਗਤ ਅੱਗੇ ਹੱਥ ਜੋੜ ਕੇ ਬੇਨਤੀ ਕੀਤੀ ਹੈ ਕਿ ਸਾਡਾ ਸਹਿਯੋਗ ਕਰੋ। ਸਭ ਤੋਂ ਪਹਿਲਾਂ ਅਸੀਂ ਆਪਦੇ ਪਿੰਡ ਤੋਂ ਸ਼ੁਰੂਆਤ ਕਰਾਂਗੇ ਅਤੇ ਹੌਲੀ ਹੌਲੀ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਅਸੀਂ ਅੱਗੇ ਚੱਲੇ ਜਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।